Oh, beautiful. Parang sa amin ka. ਗੁਆਂਢੀਆਂ ਦੇ ਵੱਲੋਂ ਟਾਕੂਏ ਦੇ ਨਾਲ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ, ਉਹ ਵੀ ਉਸ ਦਿਨ ਜਦੋਂ ਇਸ ਨੌਜਵਾਨ ਦਾ ਜਨਮ ਦਿਨ ਸੀ। ਪਰ ਗੁਆਂਢੀਆਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜਦੋਂ ਤੇਰਾ ਜਨਮ ਦਿਨ ਹੋਵੇਗਾ ਉਦੋਂ ਤੇਰਾ ਮਰਨ ਦਿਨ ਹੋਵੇਗਾ। ਤਾਂ ਬਦਮਾਸ਼ਾਂ ਨੇ ਉਹੀ ਕੀਤਾ, ਕੁਝ ਬਾਹਰੋਂ ਮੁੰਡੇ ਬੁਲਾ ਲਏ। ਬੜੀ ਹੀ ਬੇਰਹਿਮੀ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਨੌਜਵਾਨ ਖੁਸ਼ੀ ਖੁਸ਼ੀ ਆਪਣਾ 25ਵਾਂ ਜਨਮ ਦਿਨ ਮਨਾ ਰਿਹਾ ਸੀ, ਤਾਂ ਗੁਆਂਢ ਦੇ ਵਿੱਚ ਰਹਿੰਦੇ ਲੋਕਾਂ ਦੇ ਵੱਲੋਂ ਇਸ ਦਾ ਬੁਰਾ ਹਾਲ ਕੀਤਾ ਗਿਆ। ਅੱਖ ਦੇ ਕੋਲ ਟਾਕੂਆਂ ਮਾਰਿਆ ਔਰ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਨੌਜਵਾਨ ਨੇ ਦਮ ਤੋੜ ਦਿੱਤਾ। ਪਟਿਆਲਾ ਦੇ ਪਿੰਡ ਬਾਰਨ ਦਾ ਇਹ ਪੂਰਾ ਮਾਮਲਾ ਹੈ। 10 ਤੋਂ 15 ਬਦਮਾਸ਼ਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਟਾਕੂਏ ਦੇ ਨਾਲ ਨੌਜਵਾਨ ਦਾ ਕਤਲ ਕਰ ਦਿੱਤਾ। ਮੁੰਡਾ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਉੱਥੇ ਉਸਨੇ ਦਮ ਤੋੜਿਆ। ਇਹਨਾਂ ਬਦਮਾਸ਼ਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਤੇਰਾ ਜਨਮ ਦਿਨ ਮਰਨ ਦਿਨ ਬਣਾਵਾਂਗੇ, ਤਾਂ ਉਹੀ ਇਹਨਾਂ ਨੇ ਕਰ ਦਿੱਤਾ। ਅਜਿਹਾ ਕਰਕੇ ਇਹਨਾਂ ਨੇ ਆਪਣਾ ਪੁਰਾਣਾ ਵੈਰ ਕੱਢ ਲਿਆ। ਤਾਹਾਂ ਮਾਰ ਮਾਰ ਕੇ ਪਰਿਵਾਰ ਰੋ ਰਿਹਾ ਔਰ ਇਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ। ਕਰਮਜੀਤ ਕੌਰ ਜੀ, ਮਸਲਾ ਕੀ ਹੋਇਆ? ਕੁਛ ਨਹੀਂ ਹੋਇਆ ਵੀਰੇ, ਘਰੇ ਆਇਆ ਤੀ ਮੁੰਡਾ, ਮੋਟਰਸਾਈਕਲ ਖੜਾਉਣ ਲੱਗਿਆ ਤੀ, ਉਹਨੂੰ ਬਸ ਛੇੜਖਾਨੀ ਕਰਕੇ ਲੰਘ ਗਏ। ਇਹ ਕੌਣ ਜੀ? ਇਹ ਸਾਡੇ ਗਵਾਂਢੀ ਹਰਵਿੰਦਰ ਸਿੰਘ। ਹਾਂਜੀ, ਉਹ 10 ਬੰਦੇ, 5 ਬੰਦੇ ਘਰਾਂ 'ਤੇ ਜੀ, 10 ਬੰਦੇ ਉਹਨੇ ਬਾਹਰੋਂ ਬੁਲਾਏ, 15 ਬੰਦੇ ਸੀ ਜੀ। ਕੁਛ ਨਹੀਂ ਤਾਂ ਜੀ, ਕੁਛ ਨਹੀਂ ਕਿਹਾ ਸਾਡੇ ਮੁੰਡੇ ਨੇ, ਕੋਈ ਪੁਰਾਣੀ ਇਹਨਾਂ ਦੀ ਰੰਦਸ਼ ਹੋਣੀ, ਪਹਿਲਾਂ ਉਹ ਬੈਰ ਕਮਾਇਆ ਮੇਰੇ ਬੱਚੇ ਨਾਲ। ਹਾਂਜੀ, ਧੋਖੇ ਨਾਲ ਮਾਰਿਆ ਜੀ ਇਹਨਾਂ ਨੇ, ਮੁੰਡੇ ਇਕੱਠੇ ਕਰ ਲਏ, ਮੇਰੇ ਮੁੰਡੇ ਨੂੰ ਸੰਭਲਣ ਦਾ ਮੌਕਾ, ਮੇਰੇ ਘਰਦੇ ਵੀ ਘਰਾਂ ਨੇ ਤੇ ਜੀ, ਉਹ ਵੀ ਅਸੀਂ ਫੋਨ ਕਰਕੇ ਬੁਲਾਏ ਨੇ, ਸਾਨੂੰ ਗਿੰਦਾ ਖੋਲਣ ਦੇ ਇਹਨਾਂ ਨੇ ਜਦੇ ਹਮਲਾ ਕਰਤਾ ਜੀ, ਸਭ ਕੋਲ ਹਥਿਆਰ ਤੇ ਜੀ, ਹਥਿਆਰ ਟਾਕੂਏ ਨਾਲ ਕਰਿਆ ਜੀ ਮੇਰੇ ਮੁੰਡੇ ਤੇ, ਮੇਰੇ ਘਰਦਿਆਂ ਨੇ ਸੋਟੀ ਨਾਲ ਕਰਿਆ, ਇੱਟਾਂ ਰੋੜੇ ਸਭ ਕੁਛ। ਨਵੀਂ ਬਾਰਨ, ਪਿੰਡ ਬਾਰਨ ਜੀ। ਹਾਂਜੀ, ਇਹ ਰਾਤ ਦੀ ਜੀ, 10:30 ਵਜੇ ਦੀ। ਹਾਂਜੀ, ਇਹ ਉਰੀ ਲਿਆ ਚੱਕੇ ਜੀ ਜਦੇ ਨਾਲ ਦੀ ਨਾਲ। ਇਹ ਜੀ ਹਸਪਤਾਲ 'ਚ ਲੱਗਿਆ ਹੋਇਆ ਜੀ, ਪਹਿਲਾਂ ਅੰਮ੍ਰਿਤ 'ਚ ਲੱਗਿਆ ਹੋਇਆ ਜੀ, ਉੱਧਰ ਲਾਇਆ 4-5 ਸਾਲ, ਹੁਣ ਵਰਦਾਨ ਹਸਪਤਾਲ 'ਚ ਲੱਗਿਆ ਹੋਇਆ ਤਾ ਜੀ, ਉੱਥੇ ਤਾਂ ਹੁਣ ਥੋੜ੍ਹੇ ਦਿਨ ਹੋਏ ਹਟ ਗਿਆ ਤੀ ਜੀ। ਕੀ ਕੰਮ ਸੀ ਜੀ ਉੱਥੇ? ਇਹ ਐਮਰਜੈਂਸੀ 'ਚ ਬੱਚੇ ਸਾਂਭਦਾ ਸੀ ਜੀ, ਜਿਹੜੇ ਸੀਰਸ ਬੱਚੇ ਹੁੰਦੇ ਨੇ ਜੀ। ਲੜਾਈ ਕੀ ਸੀ ਜੀ? ਕੋਈ ਲੜਾਈ ਨਹੀਂ ਤੀ ਸਾਡੀ ਹੁਣ ਤਾਂ ਜੀ, ਇਹਨਾਂ ਦੇ ਪਹਿਲਾਂ ਦੀ ਹੋਈ ਬਸ, ਕਿਤੇ ਤੀਵੇਂ ਤੀਵੇਂ ਪਿੰਡ 'ਚ ਲੜ ਪਈਆਂ, ਉਹ ਮੁੰਡੇ ਨੇ ਉਹੀ ਖੁੰਦਕ ਕੱਟ ਲਈ ਮੇਰੇ ਬੱਚੇ ਗੱਲ ਜੀ। ਜਿਹੜੇ ਬੰਦੇ ਨੇ ਮਾਰੇ ਜੀ, ਕਿੰਨੇ ਬੰਦੇ ਸੀ? ਉਹ 15 ਤੇ ਜੀ। ਹਾਂਜੀ, ਇੱਕ ਤਾਂ ਸਾਡਾ ਗਵਾਂਢੀ ਹੈ ਜੀ, ਇੱਕ ਉਰੇ ਪਿਆ ਹਸਪਤਾਲ 'ਚ ਜੀ, ਉਹਦੇ ਉਹ ਦੋ ਭਾਈ ਉਹ ਸੀ ਜੀ, ਹੋਰ ਮੈਨੂੰ ਕਿਸੇ ਦੀ ਪਛਾਣ ਨਹੀਂ ਜੀ, ਕਿੱਥੋਂ ਨੇ ਬੁਲਾਏ ਤੀ, ਕਿੱਥੋਂ ਨਹੀਂ, ਬਸ ਮੈਨੂੰ ਤਾਂ ਸਾਫ਼ ਮਿਲਣਾ ਚਾਹੀਦਾ ਜੀ। ਮੇਰਾ 4 ਮਹੀਨੇ ਪਹਿਲਾਂ ਹੀ ਬੇੜਾ ਬੜਾ ਬੇਟਾ ਗੁਜ਼ਰ ਗਿਆ, 26 ਸਾਲ ਦਾ, ਇਹ ਹਜੇ ਕੱਲ੍ਹ 25 ਸਾਲ ਦਾ ਹੋਇਆ ਤੀ, ਇਹਨਾਂ ਨੇ ਕਿਹਾ ਵੀ ਤੇਰਾ ਜਨਮ ਦਿਨ ਮਰਨ ਦਿਨ ਬਣਾਵਾਂਗੇ, ਬਣਾ ਤਿਆ ਜੀ। ਅਸੀਂ 5 ਜੀ ਤੇ ਜੀ, 2 ਬੇਟੇ ਗੁਜ਼ਰ ਗਏ, ਆਹ ਗੁੜੀ ਆਏ ਜੀ, ਘਰਦੇ ਮੇਰੇ ਉਹ ਪਏ ਨੇ ਜੀ, ਅੰਦਰ ਦਿਹਾੜੀ ਕਰਦੇ ਜੀ। ਸੰਤਾਂ ਨੂੰ ਸਾਫ ਮਿਲਣਾ ਜੀ ਬਸ। ਘਟਨਾਕ੍ਰਮ ਇਹ ਸੀ ਜੀ ਵੀ ਇਹਨਾਂ 'ਤੇ ਮਾਰਪਿੱਟ ਕਿਉਂ ਕੀਤੀ ਗਈ ਆ, ਠੀਕ ਆ, ਅਤੇ ਇੰਨੇ ਬੰਦੇ 2 ਬੰਦਿਆਂ ਨੂੰ ਕਿਵੇਂ ਕੁੱਟ ਸਕਦੇ ਨੇ? ਇਨਸਾਫ ਚਾਹੀਦਾ। ਮਾਂ ਦੇ ਪੁੱਤ ਗਿਆ, ਪਹਿਲਾ ਪੁੱਤ ਵੱਗਿਆ ਇੱਕ, ਅਤੇ ਦੂਸਰਾ ਪੁੱਤ ਹੁਣ ਫੇਰ ਗਿਆ, ਠੀਕ ਆ, ਸਾਨੂੰ ਪੂਰਾ ਇਨਸਾਫ ਚਾਹੀਦਾ। ਅਤੇ ਉਹ ਹਾਂਜੀ ਰੰਜਿਸ਼ ਸੀ ਮੁੰਡਿਆਂ ਦੀ, ਮਾੜੀ ਮੋਟੀ ਹੋ ਜਾਂਦੀ ਆ, ਚੱਲ ਉਰਾਂ ਪਰਾਂ ਇਹ ਮਰਨ ਦਾ ਥੋੜ੍ਹੀ ਉਹ ਬਣਦਾ ਹੱਕ, ਕੋਈ ਰੰਜਿਸ਼ ਸੀ ਪਰਿਵਾਰ ਨੂੰ, ਪੰਚਾਇਤ ਨੂੰ,
ਕਿਸੇ ਨੂੰ ਤਾਂ ਦੱਸਣ ਦਾ ਹੱਕ ਬਣਦਾ ਅਤੇ ਮਾਰਨ ਦਾ ਕਿਸੇ ਨੂੰ ਕਿਸੇ ਨੇ ਹੱਕ ਨਹੀਂ ਦਿੱਤਾ ਹੈਗਾ। ਨਾਨਕੇ ਪਿੰਡ ਰਹਿੰਦਾ ਸੀ ਅਤੇ ਇਹਨਾਂ ਦਾ ਮਾਰਨ ਦਾ ਕੋਈ ਹੱਕ ਨਹੀਂ ਸੀ। ਹੁਣ ਮਾਂ ਦੀ ਇਹੀ ਉਹ ਆ, ਚਾਚੀਆਂ ਤਾਈਆਂ ਦੀ ਵੀ ਇਹੀ ਆ, ਸਾਨੂੰ ਤਾਂ ਇਹਨਾਂ 'ਤੇ ਪੂਰਾ ਇਨਸਾਫ ਚਾਹੀਦਾ ਅਤੇ ਇਹਨਾਂ ਨੂੰ ਆਪਦਾ ਇਹ ਜਿਹੜਾ ਪਿਆ ਉਹ ਐਵੇਂ ਹੀ ਪੈ ਗਿਆ, ਦੋ ਆਪਦਾ ਮਾਰ ਕੇ ਪੈ ਗਿਆ। ਜੋ ਉਹ ਬਰੋਬਰ ਦਾ ਹਾਂ ਪੈਂਦਾ ਮਰ ਕੇ ਫਿਰ ਸਾਨੂੰ ਉਹ ਆ ਨਾ, ਉੱਥੇ ਡੈਥ ਉਰੇ ਆ ਕੇ ਹੋਈ ਹੈ ਜੀ 10 ਮਿੰਟ। ਮੈਂ ਆਪਣੇ ਲਵੇ ਲਾਏ 'ਤੇ ਜੀ, ਮੇਰਾ ਬੱਚਾ ਇੱਕ ਭੂਆ ਬੋਲਾ ਸੀ ਤਰ੍ਹਾਂ, ਮੈਂ ਆਪਣੇ ਲਵੇ ਲਾਏ 'ਤੇ ਸੁੱਖ ਵਾਸਤੇ ਸੁੱਖਾ ਕਰਿਆ। ਇਹਨਾਂ ਨੂੰ ਵੀ ਹੋ ਗਏ ਜੀ ਕਈ ਸਾਲ, 25-30 ਸਾਲ ਹੋ ਗਏ ਅੱਡ ਰਹਿ ਰਹੇ ਹਾਂ ਜੀ, ਉਹ ਵਿੱਚ ਨਹੀਂ ਜੀ ਹੈਗੇ, ਅਸੀਂ ਅੱਡ ਰਹੇ ਅਤੇ ਲਵੇ ਅੱਡ ਰਹੇ। ਲੜਾਈ ਕੋਈ ਨਹੀਂ ਸੀ ਜੀ, ਹੁਣ ਤਾਂ ਜਮੇ ਹੀ ਨਹੀਂ ਤੇ ਹੁਣ ਤਾਂ ਕੁਛ ਵੀ ਨਾ ਜੀ, ਪਹਿਲਾਂ ਹੋਣੀ ਕੋਈ ਪਤਾ ਨਹੀਂ ਆਪਾਂ ਨੂੰ, ਹੁਣ ਤਾਂ ਕੁਛ ਕੋਈ ਲੜਾਈ ਨਹੀਂ ਸਾਡੀ। ਰਾਤ ਕੀ ਹੋਇਆ ਜੀ, ਰਾਤ ਘਰੋਂ ਬੁਲਾ ਕੇ ਲੈ ਕੇ ਗਏ? ਆਪੇ ਘਰਾਂ 'ਤੇ ਜੇ ਸਾਹਮਣੇ ਸਾਹਮਣੇ ਘਰ ਸਾਡਾ, ਉਹਨਾਂ ਦੇ ਘਰਾਂ ਹੀ ਮੁੰਡੇ ਦਾਰੂ ਪੀ ਰਹੇ ਤੇ ਕਹਿੰਦੇ ਦਾਰੂ ਪਿਲਾ ਕੇ ਫਿਰ ਕੁੱਕਾਂ ਮਾਰਨ ਲੱਗੇ ਕੋਠਿਆਂ ਚੜ੍ਹ ਕੇ ਵੀ ਬਾਹਰ ਨਿਕਲਾ ਜਾ ਬਾਹਰ ਨਿਕਲਿਆ। ਉਹ ਇਹਦਾ ਡੈਡੀ ਬਾਹਰ ਨਿਕਲਿਆ, ਉਹ ਹੀ ਫੜ ਲਿਆ, ਫਿਰ ਉਹ ਨਿਕਲਿਆ ਉਹ ਵੀ ਫੜ ਲਿਆ। ਉਹ ਆਹ ਗੱਲ ਹੋਈ ਆ, ਆਹ ਸੁਣਿਆ ਜੀ ਮੈਂ ਤਾਂ। ਉਹਦਾ ਜਨਮਦਿਨ ਤਾਂ ਮੁੰਡੇ ਦਾ ਜੀ ਕੱਲ੍ਹ, 25-25 ਸਾਲ ਲੱਗਣਾ ਤੁਹਾਨੂੰ। ਕਹਿੰਦੇ ਉਹਨਾਂ ਨੇ ਬੀਸਲੀ ਵੀ ਤੇਰਾ ਅੱਜ ਮਰਨ ਦਿਨ ਮਨਾਵਾਂਗੇ ਕਹਿੰਦੇ। ਆਹ ਗੱਲ ਆ ਮੈਂ ਤਾਂ ਜੀ ਸੁਣੀ ਆ, ਮੈਂ ਤਾਂ ਗਈ ਵੀ ਸੀ ਬੱਚੇ, ਮੈਨੂੰ ਤਾਂ ਕਹਿੰਦੇ ਸੱਟਾਂ ਲੱਗੀਆਂ, ਮੈਂ ਤਾਂ ਹੁਣ ਆਈ ਉਰੇ।